ਜਿਹੜੀ ਇਹ ਸੋਨਾ ਮੋਤੀ ਕਣਕ ਹੈ ਇਹਦੇ ਬਾਰੇ ਬਹੁਤ ਲੋਕਾਂ ਨੇ ਸਵਾਲ ਪੁੱਛਿਆ ਹੈ ਨਾ। ਕੁਛ ਲੋਕਾਂ ਨੇ ਇਹ ਕਿਹਾ ਵੀ ਇਹਦਾ ਬੀਜ ਕਿੱਥੋਂ ਮਿਲੂਗਾ, ਕੁਛ ਲੋਕਾਂ ਨੇ ਇਹ ਕਿਹਾ ਵੀ ਯਾਰ ਇਹਦਾ ਕੀ ਪਤਾ ਵੀ ਇਹ ਸੋਨਾ ਮੋਤੀ ਹੋਈ ਹੈ। ਸੋਨਾ ਮੋਤੀ ਦੀ ਜਿਹੜੀ ਕਿਸਮ ਦਾ ਵੀ ਇਹ ਓਰੀਜਨਲ ਆ ਉਹਦਾ ਮੈਂ ਤੁਹਾਨੂੰ ਇਹੀ ਦੱਸ ਦਿੰਦਾ ਜੀ ਵੀ ਸਭ ਤੋਂ ਆਸਾਨ ਕੰਮ ਆ ਇਹਦਾ ਸੀਡ। ਅਤੇ ਇਹ ਜਿਵੇਂ ਤੁਸੀਂ ਦੱਸਿਆ ਵੀ ਇਹ 4000 ਸਾਲ ਪੁਰਾਣਾ ਬੀਜ ਹੈ ਨਾ, ਪਿਛਲੇ ਇੰਟਰਵਿਊ 'ਚ ਆਪਾਂ ਗੱਲ ਕੀਤੀ ਸੀ, ਇਹ ਫਿਰ ਇੰਨੇ ਸਾਲਾਂ ਤੋਂ ਇਹ ਕਿੱਥੇ ਸਾਂਭਿਆ ਹੋਇਆ ਸੀ ਜਾਂ ਕਿੱਥੇ? ਕੁਛ ਕੁ ਇਹੋ ਜਿਹੇ ਵਿਰਾਨੀ ਏਰੀਏ ਨੇ ਜੀ ਜਿੱਥੇ ਜ਼ਿਆਦਾ ਪਾਣੀ ਵਾਲੀਆਂ ਫਸਲਾਂ ਹੋ ਨਹੀਂ ਸਕਦੀਆਂ, ਮਿਲਟ ਵੀ ਉੱਥੇ ਬਚੇ ਰਹੇ ਨੇ ਜੀ, ਇਹ ਸੀਡ ਵੀ ਉੱਥੇ ਬਚੇ ਰਹੇ। ਯੂਨੀਵਰਸਿਟੀ ਤੋਂ ਨਹੀਂ ਮਿਲਦਾ ਇਹ? ਯੂਨੀਵਰਸਿਟੀ ਤੋਂ ਨਹੀਂ, ਨਾ ਕਿਸੇ ਪ੍ਰਾਈਵੇਟ ਸੇਲਰ ਤੋਂ, ਨਹੀਂ ਨਾ ਕਿਸੇ ਪ੍ਰਾਈਵੇਟ ਸੇਲਰ ਤੋਂ, ਜਿਹੜੇ ਕਿਸਾਨ ਨੇ ਉਹਨਾਂ ਕੋਲ ਹੀ ਮਿਲੂਗਾ ਜਿਹੜੇ ਆਪ ਕਰ ਰਹੇ। ਜਿਹੜੀ ਅਸੀਂ ਆਪਾਂ ਪਿਛਲੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਹਦੇ 'ਚ ਮਤਲਬ ਜਿਹੜੀ ਇਹ ਸੋਨਾ ਮੋਤੀ ਕਣਕ ਹੈ ਇਹਦੇ ਬਾਰੇ ਬਹੁਤ ਲੋਕਾਂ ਨੇ ਸਵਾਲ ਪੁੱਛਿਆ ਹੈ ਨਾ। ਕੁਛ ਲੋਕਾਂ ਨੇ ਇਹ ਕਿਹਾ ਵੀ ਇਹਦਾ ਬੀਜ ਕਿੱਥੋਂ ਮਿਲੂਗਾ, ਕੁਛ ਲੋਕਾਂ ਨੇ ਇਹ ਕਿਹਾ ਵੀ ਯਾਰ ਇਹਦਾ ਕੀ ਪਤਾ ਵੀ ਇਹ ਸੋਨਾ ਮੋਤੀ ਹੋਈ ਹੈ, ਕੁਛ ਲੋਕਾਂ ਨੇ ਕਿਹਾ ਵੀ ਇਹ ਬੀਜ ਮਿਲ ਤਾਂ ਜਾਂਦਾ ਪਰ ਰਲਾ ਹੁੰਦਾ ਵਿੱਚ ਉਹਦੇ। ਬਾਈ ਜੀ ਬੀਜ ਤਾਂ ਦੇਖੋ ਮਿਲ ਜੂਗਾ ਜੀ ਤੁਹਾਨੂੰ, ਬੀਜ ਮੈਂ ਵੀ ਅਵੇਲੇਬਲ ਕਰਵਾ ਦੂੰਗਾ ਜੀ ਜਿੰਨਾ ਵੀ ਹੋ ਸਕੇ ਆ ਬੀਜ ਕਰਵਾਉਣ ਦੀ ਕੋਸ਼ਿਸ਼ ਕਰੂੰ, ਪਰ ਹਰੇਕ ਜ਼ਿਲ੍ਹੇ ਦੇ ਵਿੱਚ ਕੁਛ ਕੁ ਕਿਸਾਨ ਅਜਿਹੇ ਨੇ ਜਿਹੜੇ ਇਹਦੀ ਇਹ ਕਾਸ਼ਤ ਕਰਦੇ ਆ। ਹੁਣ ਮੇਰੇ ਕੋਲ ਜ਼ਰੂਰ ਰਲਿਆ ਹੋਇਆ, ਮੇਰੀਆਂ ਮਜਬੂਰੀਆਂ ਸੀ ਉਦੋਂ ਮੈਂ ਅੱਡ ਕਰਕੇ ਜਿਹੜਾ ਰੱਖਿਆ ਸੀ ਉਹ ਸੀਡ ਪਿਆਹਿਆ ਗਿਆ ਤੇ ਜਿਹੜਾ ਜਾਣੀ ਲੌਂਟਰਾ ਸੀ ਫਿਰ ਉਹੀ ਰਹਿ ਗਿਆ, ਮੌਕੇ ਤੇ ਆ ਕੇ ਮੈਥੋਂ ਦੁਬਾਰਾ ਅਰੇਂਜ ਨਹੀਂ ਕਰ ਹੋਇਆ ਜੀ। ਸੋਨਾ ਮੋਤੀ ਦੀ ਜਿਹੜੀ ਕਿਸਮ ਦਾ ਵੀ ਇਹ ਓਰੀਜਨਲ ਆ ਉਹਦਾ ਮੈਂ ਤੁਹਾਨੂੰ ਇਹੀ ਦੱਸ ਦਿੰਦਾ ਜੀ ਵੀ ਸਭ ਤੋਂ ਆਸਾਨ ਕੰਮ ਆ ਇਹਦਾ ਸੀਡ, ਜਦੋਂ ਤੁਸੀਂ ਲੈਣ ਜਾਓਗੇ ਆ ਸੀਡ ਤੁਹਾਡੇ ਸਾਹਮਣੇ ਪਿਆ ਜੀ, ਮੂੰਗੀ ਦੇ ਦਾਣੇ ਜਿੱਡਾ ਤੇ ਜਿਹੜੀ ਆਮ ਕਣਕ ਆ ਜੀ ਮੇਰੇ ਰਲਿਆ ਹੋਇਆ ਜੀ ਉਹਦਾ ਸੀਡ ਤੁਸੀਂ ਦੇਖ ਲਿਓ ਜੀ, ਤੇ ਆਹ ਦੇਖੋ ਜੀ ਹੁਣ ਤੁਸੀਂ ਫਰਕ ਦਿਖਾ ਦਿਓ ਜੀ, ਆਹ ਲਓ ਜੀ ਇਹ ਦੋਨਾਂ ਦਾ ਫਰਕ ਆ ਜੀ, ਇਹ ਕੋਈ ਵੀ ਆਮ ਕਣਕ ਜੀ ਆਮ ਕਣਕ ਹਾਂਜੀ ਤੇ ਇੰਨਾ ਫਰਕ ਆ ਜੀ ਇਹਨਾਂ 'ਚ, ਉਹ ਸਿਰਫ ਮੂੰਗੀ ਦੇ ਦਾਣੇ ਦੇ ਜਿੱਡਾ ਦਾਣਾ ਹੀ ਹੋਊਗਾ ਜੀ। ਤੇ ਜਿਹੜਾ ਇਹ ਵਿੱਚ ਇਹ ਰਲਾਗ ਆ ਇਹ ਮਤਲਬ ਇਹ ਵੀ ਕਿਸਮ ਦੇਸੀ ਹੋ? ਹਾਂ ਦੇਸੀ ਨੇ ਜੀ ਸਾਰੀਆਂ, ਇਹ 'ਚ ਘੋਨੇ ਜੌਂ ਵੀ ਨੇ ਜੀ ਮੇਰੇ ਕੋਲੇ ਦੇਸੀ ਵਿੱਚ ਰਲੇ ਹੋਏ, ਤੇ ਇਹਦੇ ਵਿੱਚ ਜਿਹੜੀ ਆਪਣੀ ਬਾਂਸੀ ਗੋਲਡ ਕਣਕ ਆ ਉਹ ਵੀ ਰਲੀ ਹੋਈ ਆ ਜੀ, ਪਲੱਸ ਐਂ ਸੀ ਵੀ ਜਿਹੜੇ ਫਾਰਮਰ ਕੋਲ ਜਿਵੇਂ ਪਿਆ ਹੁੰਦਾ ਮੇਰੇ ਕੋਲੇ ਅੱਡ ਅੱਡ ਦੋਨੋਂ ਚੀਜ਼ਾਂ ਅਸੀਂ ਲਾਈਆਂ ਹੋਈਆਂ ਸੀ, ਉਹ ਕੁਦਰਤਨ ਇਕੱਠੇ ਹੋ ਗਏ, ਜਿਹੜਾ ਸੀਡ ਸੀ ਮੇਰਾ ਰੱਖਿਆ ਹੋਇਆ ਉਹ ਪਿਹਾਈ ਲਈ ਚਲਿਆ ਗਿਆ। ਚਲੋ ਐਂ ਵੀ ਗੋਲਡਨ ਵੀ ਹੋ ਗਈ ਜਾਂ ਮਤਲਬ ਘੋਨਾ ਜੌਂ ਵੀ ਹੋ ਗਿਆ ਉਹ ਤਾਂ ਫਿਰ ਚੰਗਾ ਹੀ ਹੈ? ਉਹ ਚੰਗਾ ਹੀ ਹੈ ਜੀ, ਘੋਨਾ ਜੌਂ ਤਾਂ ਅੱਗੇ ਕਹਿੰਦੇ ਹੁੰਦੇ ਸੀ ਵੀ ਗਰਮੀ ਦੇ ਵਿੱਚ ਜੌਂ ਖਾਣੇ ਚਾਹੀਦੇ ਆ ਜੀ, ਹੁਣ ਆਪਾਂ ਉਹ ਗੱਲਾਂ ਨੂੰ ਭੁੱਲ ਗਏ ਪਰ ਗਰਮੀ ਦੇ ਵਿੱਚ ਨਹੀਂ, ਹੁਣ ਇੱਕ ਉਹ ਮਤਲਬ ਰਿਵਾਜ਼ ਚੱਲਿਆ ਹੈਗਾ ਮਤਲਬ ਉਹ ਥੋੜਾ ਜਿਹਾ ਪੈਸੇ ਵਾਲੇ ਬੰਦੇ ਲਈ ਹੈ ਵੀ ਉਹ ਪੈਕਟਾਂ 'ਚ ਆਉਂਦਾ ਫਿਰ ਸਾਰਾ ਰਲਾ ਕੇ ਆਟਾ ਖਾਂਦੇ ਨੇ ਹੈ ਨਾ। ਹਾਂ ਜੀ ਪਹਿਲਾਂ ਵੀ ਆਪਾਂ 40-50 ਸਾਲ ਪਹਿਲਾਂ ਵੀ ਉਵੇਂ ਹੀ ਕਰਦੇ ਸੀਗੇ ਬਾਈ, ਮੱਕੀ ਆਪਾਂ ਇੰਨੀ ਖਾਂਦੇ ਸੀ ਜੀ, ਬਾਜਰਾ ਆਪਾਂ ਇੰਨਾ ਖਾਂਦੇ ਸੀ, ਆਪਣੇ ਹਰੇਕ ਸਮੇਂ ਦੇ ਹਿਸਾਬ ਨਾਲ ਰੋਟੀ ਹੋਰ ਚੀਜ਼ ਦੀ ਹੁੰਦੀ ਸੀ, ਜੇ ਅੱਜ ਦਾ ਸਮਾਂ ਗੱਲ ਕਰੀਏ ਆਪਾਂ ਸਿਰਫ ਕਣਕ 'ਤੇ ਹੀ ਹਾਂ। ਅਤੇ ਇਹ ਜਿਹੜਾ ਬੀਜ ਹੈ ਮਤਲਬ ਜਿਹੜੇ ਲੋਕਾਂ ਦੇ ਸ਼ੰਕੇ ਨੇ, ਚਲੋ ਉਹ ਤਾਂ ਚਲੋ ਤੁਸੀਂ ਤਾਂ ਸਮਝਦੇ ਹੋ ਮੈਂ ਵੀ ਸਮਝਦਾ ਨਾ ਵੀ ਇਹ 'ਚ ਰਲਾ ਜੇ ਹੈਗਾ ਤਾਂ ਦੇਸੀ ਬੀਜ ਦਾ ਹੀ ਹੈ। ਹਾਂਜੀ ਪਰ ਜੇ ਕੋਈ ਕਹੇ ਵੀ ਨਹੀਂ ਮੈਂ ਤਾਂ ਸੋਨਾ ਮੋਤੀ ਮੇਰੇ ਨੂੰ ਤਾਂ ਪਿਓਰ ਚਾਹੀਦਾ, ਤੁਸੀਂ ਅਵੇਲੇਬਲ ਕਰਾ? ਹਾਂਜੀ ਮਿਲ ਜੂਗਾ ਜੀ, ਜਿਹੜੇ ਵੀ ਏਰੀਏ ਦੇ ਵਿੱਚ ਕਿਸਾਨ ਮੈਨੂੰ ਵਟਸਐਪ ਕਰ ਸਕਦਾ ਜੀ ਆਪਦਾ ਏਰੀਆ ਦੱਸ ਕੇ, ਮੈਂ ਲਿਸਟਾਂ ਮੰਗੀਆਂ ਹੋਈਆਂ ਨੇ ਵੀ ਜਿਹੜੇ ਜਿਹੜੇ ਕਿਸਾਨ ਆਪਣੇ ਬੀਜ ਰਹੇ ਨੇ ਜਿਹੜੇ ਜਿਹੜੇ ਇਲਾਕੇ ਦੇ ਵਿੱਚ, ਜਿਵੇਂ ਮੈਂ ਇੱਥੇ ਮਲੇਰ ਕੋਲ ਆ ਮੇਰੇ ਕੋਲੋਂ ਲੈ ਜਿਓ, ਸੰਗਰੂਰ ਦੇ ਵਿੱਚ ਹੋਰ ਕਿਸਾਨ ਨੇ, ਖੰਨੇ ਦੇ ਵਿੱਚ ਸਰਦਾਰ ਆਪਣੇ ਹਰਪਾਲ ਸਿੰਘ ਭੱਟੀ ਜੀ ਨੇ ਜੀ, ਉਹ ਇੰਟਰੋਡਿਊਸ ਕਣਕ ਨੂੰ ਕਰਾਉਣ ਨੂੰ ਉਹ ਸੀ ਪੰਜਾਬ ਦੇ ਵਿੱਚ, ਉਹਨਾਂ ਕੋਲੋਂ ਸੀਡ ਅਵੇਲੇਬਲ ਹੋ ਜਾਂਦਾ ਪਿਓਰ ਫਾਰਮ ਦੇ ਵਿੱਚ, ਅਤੇ ਛਾਂਟਿਆ ਹੋਇਆ ਸੀਡ ਉਹਨਾਂ ਕੋਲੋਂ ਮਿਲ, ਉਹ ਆਪ ਤਿਆਰ ਕਰਦੇ ਨੇ? ਉਹ ਆਪ ਤਿਆਰ ਕਰਦੇ। ਯੂਨੀਵਰਸਿਟੀ ਤੋਂ ਨਹੀਂ ਮਿਲਦਾ ਇਹ? ਯੂਨੀਵਰਸਿਟੀ ਤੋਂ ਨਹੀਂ ਮਿਲਦਾ ਜੀ, ਨਾ ਕਿਸੇ ਪ੍ਰਾਈਵੇਟ ਸੇਲਰ ਤੋਂ? ਨਹੀਂ ਨਾ ਕਿਸੇ ਪ੍ਰਾਈਵੇਟ ਸੇਲਰ ਤੋਂ, ਜਿਹੜੇ ਕਿਸਾਨ ਨੇ ਉਹਨਾਂ ਕੋਲ ਹੀ ਮਿਲੂਗਾ ਜਿਹੜੇ ਆਪ ਕਰ ਰਹੇ ਨੇ ਜੀ ਉਹਨੂੰ। ਅਤੇ ਜਿਵੇਂ ਤੁਸੀਂ ਦੱਸਿਆ ਵੀ ਇਹ 4000 ਸਾਲ ਪੁਰਾਣਾ ਬੀਜ ਹੈ ਨਾ, ਪਿਛਲੇ ਇੰਟਰਵਿਊ 'ਚ ਆਪਾਂ ਗੱਲ ਕੀਤੀ ਸੀ, ਇਹ ਫਿਰ ਇੰਨੇ ਸਾਲਾਂ ਤੋਂ ਇਹ ਕਿੱਥੇ ਸਾਂਭਿਆ ਹੋਇਆ ਸੀ ਜਾਂ ਕਿੱਥੇ? ਕੋਈ ਨਾ ਕੋਈ ਇਹੋ ਜਿਹੇ ਕਿਸਾਨ ਹੁੰਦੇ ਜੀ ਇਹਨਾਂ ਕੋਲ ਥੋੜ੍ਹਾ ਥੋੜ੍ਹਾ ਪਿਆ ਹੁੰਦਾ, ਅਤੇ ਜੇ ਆਪਾਂ ਗੱਲ ਕਰੀਏ ਵੀ ਆਪਾਂ ਜਦੋਂ ਮੱਧ ਭਾਰਤ ਤੋਂ ਟੱਪ ਜਾਂਦੇ ਹਾਂ ਸਾਊਥ ਵਾਲੇ ਪਾਸੇ ਚਲੇ ਜਾਂਦੇ ਹਾਂ ਜੀ, ਉੱਥੇ ਕੁਛ ਕੁ ਇਹੋ ਜਿਹੇ ਵਿਰਾਨੀ ਏਰੀਏ ਨੇ ਜੀ ਜਿੱਥੇ ਜ਼ਿਆਦਾ ਪਾਣੀ ਵਾਲੀਆਂ ਫਸਲਾਂ ਹੋ ਨਹੀਂ ਸਕਦੀਆਂ ਜੀ, ਮਿਲਟ ਵੀ ਉੱਥੇ ਬਚੇ ਰਹੇ ਨੇ ਜੀ, ਇਹ ਸੀਡ ਵੀ ਉੱਥੇ ਬਚੇ ਰਹੇ ਨੇ, ਪੰਜਾਬ ਦੇ ਬੀਜ ਨੇ ਜੀ। ਪਰ ਗੱਲ ਕੀ ਹੁੰਦੀ ਆ ਵੀ ਜਦੋਂ ਆਪਾਂ ਛੱਡ ਜਾਂਦੇ ਹਾਂ ਕਿਸੇ ਚੀਜ਼ ਨੂੰ ਤਾਂ ਬਿਲਕੁਲ ਹੀ ਛੱਡ ਜਾਂਦੇ ਹਾਂ, ਆਪਾਂ ਸੀਡ ਵੀ ਨਹੀਂ ਰੱਖਦੇ ਜੀ, ਉਹਨਾਂ ਸੀ ਆਪਣਾ ਗੰਨੇ ਦਾ ਕਿੰਨਾ ਵਧੀਆ ਹੁੰਦਾ ਸੀ, ਹੁਣ ਖਤਮ ਆ ਜੀ ਪੰਜਾਬ ਦੇ ਵਿੱਚੋਂ ਤਾਂ ਖਤਮ ਹੀ, ਜੇ ਲਿਆਉਂਦੇ ਹਾਂ ਤਾਂ ਉੱਤਰਾਖੰਡ ਵਗੈਰਾ 'ਚੋਂ ਮਿਲਦਾ ਜੀ। ਆਪਣੇ ਤਾਂ ਦੇਸੀ ਕੁੱਤੇ ਨਹੀਂ ਰਹੇ, ਮੈਂ ਅੱਗੇ ਗੱਲ ਕਰ ਰਿਹਾ ਸੀਗਾ ਵੀ ਮਤਲਬ ਜੇ ਹੁਣ ਤੁਸੀਂ
ਲੁੱਟਰ ਪਿਓਰ ਨਸਲ ਲੈਣੀ ਹੋਵੇ ਪੰਜਾਬ ਚ ਮਿਲਣੀ ਨੀ ਜੀ, ਕਿਉਂਕਿ ਬਰੀਡ ਇੰਨੀਆਂ ਛੱਡਤੀਆਂ ਲਿਆ ਕੇ ਲੋਕ ਸ਼ੌਕ ਨਾਲ ਲਿਆਉਂਦੇ ਨੇ, ਲਿਆ ਕੇ ਛੱਡ ਦਿੰਦੇ ਨੇ ਜੀ, ਫਿਰ ਵਿਚਾਰੇ ਉਹ ਕ੍ਰੋਸ ਬਰੀਡ ਹੋ ਕੇ ਸਾਰਾ ਗਧਾ ਘੋੜਾ ਇੱਕ ਹੋ ਜਾਂਦਾ ਜੀ, ਫਿਰ ਉਹਦੀ ਕੋਈ ਪੋਸੀਬਿਲਟੀ ਰਹਿੰਦੀ ਨੀ ਜੀ, ਆਹ ਚੱਕਰ ਹੋ ਜਾਂਦਾ ਜੀ। ਤੇ ਇਹ ਸੀਗਾ ਇਹਨਾਂ ਦਾ ਕਣਕ ਬਾਰੇ, ਜਿਹੜੇ ਮਤਲਬ ਦਰਸ਼ਕਾਂ ਦੇ ਸ਼ੰਕੇ ਸੀਗੇ ਵੀ ਯਾਰ ਇਹ ਦੇਸੀ ਕਣਕ ਹੈ ਅਤੇ 4000 ਸਾਲ ਪੁਰਾਣਾ ਬੀਜ ਹੈ, ਕਿਵੇਂ ਬਚਿਆ ਹੋ ਸਕਦਾ ਹੈ ਨਾ, ਅਤੇ ਉਹ ਆਪਾਂ ਸਾਰੇ ਜਿਹੜੇ ਵੀ ਤੁਹਾਡੇ ਸ਼ੰਕੇ ਸੀ ਆਪਾਂ ਇਹਨਾਂ ਨਾਲ ਗੱਲ ਕੀਤੀ ਹੈ, ਅਤੇ ਬੀਜ ਇਹ ਅਵੇਲੇਬਲ ਕਰਾ ਦੇਣਗੇ। ਬਹੁਤ ਸਾਰੇ ਇਹਨਾਂ ਨੇ ਦੱਸੇ ਵੀ ਨੇ, ਜੇ ਕੋਈ ਦੂਰ ਦਾ ਕਿਸਾਨ ਹੈ, ਕੋਈ ਲੁਧਿਆਣੇ ਏਰੀਏ ਦਾ ਜਾਂ ਕਿਸੇ ਮਾਝੇ ਏਰੀਏ ਦਾ, ਅਤੇ ਉਹ ਵੀ ਇਹ ਜੇ ਤੁਸੀਂ ਇਹਨਾਂ ਨੂੰ ਫੋਨ ਕਰੋਗੇ ਤਾਂ ਉੱਥੋਂ, ਕਿਉਂਕਿ ਇਹਨੂੰ ਕੋਈ ਕੰਪਨੀ ਨਹੀਂ ਤਿਆਰ ਕਰਦੀ, ਯੂਨੀਵਰਸਿਟੀ ਵੀ ਨਹੀਂ ਕੋਲ ਵੀ ਨਹੀਂ ਹੈਗਾ, ਅਤੇ ਕੁਛ ਕਿਸਾਨ ਨੇ ਜਿਨ੍ਹਾਂ ਨੇ ਔਰਗੈਨਿਕ ਖੇਤੀ ਜਾਂ ਦੇਸੀ ਬੀਜ ਬਚਾ ਕੇ ਰੱਖੇ ਹੋਏ ਨੇ, ਜਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਅਹਿਮੀਅਤ ਕੀ ਹੈ ਤਾਂ ਉਹਨਾਂ ਨੇ ਸਾਊਥ ਤੋਂ ਲਿਆ ਕੇ ਇੱਥੇ ਉਹਨੂੰ ਰੀਪ੍ਰੋਡਿਊਸ ਕੀਤਾ, ਅਤੇ ਇਹਨਾਂ ਦਾ ਨੰਬਰ ਅਸੀਂ ਡਿਸਪਲੇ ਕਰ ਦਿਆਂਗੇ, ਤੁਸੀਂ ਇਹਨਾਂ ਤੋਂ ਜੋ ਵੀ ਜਾਣਕਾਰੀ ਲੈਣੀ ਚਾਹੋ ਫੋਨ ਕਰਕੇ ਲੈ ਸਕਦੇ ਹੋ।